ਆਪਰੇਸ਼ਨ ਕਾਸੋ ਨੂੰ ਲੈ ਕੇ ਬਠਿੰਡਾ ਦੇ ਵਿੱਚ ਵੀ ਪੁਲਿਸ ਵੱਲੋਂ ਉਹਨਾਂ ਇਲਾਕਿਆਂ ਦੇ ਵਿੱਚ ਦਬਿਸ਼ ਦਿੱਤੀ ਗਈ ਹੈ ਜਿਹੜੇ ਨਸ਼ੇ ਨੂੰ ਲੈ ਕੇ ਬਦਨਾਮ ਸੀ। ਹਾਲਾਂਕਿ ਖੁੱਲ ਬਠਿੰਡਾ ਪੁਲਿਸ ਦੇ SSP ਅਮਨੀਤ ਕੌਂਡਲ ਇੱਥੇ ਪਹੁੰਚੇ ਨੇ, ਹੋਰ ਵੱਡੇ ਅਧਿਕਾਰੀ ਨੇ ਇੱਥੇ ਪਹੁੰਚੇ ਨੇ ਔਰ ਸਰਚ ਹੈ ਉਹ ਲਗਾਤਾਰ ਇਸ ਇਲਾਕੇ 'ਚ ਕੀਤੀ ਜਾ ਰਹੀ ਹੈ, ਕਿਉਂਕਿ ਨਸ਼ੇ ਨੂੰ ਲੈ ਕੇ ਜਿਹੜੇ ਬਦਨਾਮ ਇਲਾਕੇ ਨੇ ਖਾਸ ਤੌਰ 'ਤੇ ਪੁਲਿਸ ਨੇ ਆਈਡੈਂਟੀਫਾਈ ਕੀਤੇ ਨੇ। ਉਸ ਜਗ੍ਹਾ ਦੇ ਉੱਪਰ ਪੁਲਿਸ ਪਹੁੰਚੀ ਹੈ। ਮੈਮ ਆਪਣੇ ਨਾਲ ਨੇ, ਮੈਮ ਕਿਸ ਤਰ੍ਹਾਂ ਦਾ ਆਪਰੇਸ਼ਨ ਚੱਲ ਰਿਹਾ ਹੈਗਾ ਔਰ ਕੀ ਹੋਪ ਕੀ ਕੀਤੀ ਹੈ ਇਸ ਆਪਰੇਸ਼ਨ ਦੇ ਵਿੱਚ, ਤੁਸੀਂ ਡਰੱਗਸ ਨੂੰ ਲੈ ਕੇ ਹੋਪ ਕੀਤਾ ਹੈ? ਜੀ ਆਪਰੇਸ਼ਨ ਇੱਧਰ ਆ ਜੀ, ਉਹ ਥੋੜ੍ਹਾ ਆਵਾਜ਼ ਆ ਰਹੀ। ਆਪਰੇਸ਼ਨ ਈਗਲ 5 ਹੈਗਾ, ਇਹ ਸਾਡੇ ਸਪੈਸ਼ਲ DGP ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਸਰ, ਇਹਨਾਂ ਦੀ ਮੋਸਟਲੀ ਉਹਨਾਂ ਦੀ ਗਾਈਡਲਾਈਨਸ 'ਚ ਅਸੀਂ ਆਪਰੇਸ਼ਨਸ ਪਲਾਨ ਕਰਦੇ ਹਾਂ ਪੂਰੇ ਪੰਜਾਬ 'ਚ। ਅੱਜ ਸਾਡੇ ਬਠਿੰਡਾ 'ਚ ਵੀ ਚੱਲ ਰਿਹਾ ਇਹ, ਅੱਜ ਅਸੀਂ ਡਰੱਗ ਹੋਟਸਪੋਟਸ 'ਤੇ ਆਪਰੇਸ਼ਨਸ ਕਰ ਰਹੇ। ਜਿਵੇਂ ਤੁਸੀਂ ਦੇਖ ਰਹੇ ਹੋ ਅਸੀਂ ਤੋਂ ਬਿਆਨਾ ਬਸਤੀ 'ਚ ਆਏ ਹੋਏ ਹਾਂ, SP City ਔਰ ਇਹਨਾਂ ਦੇ ਦੋਨੋਂ DSP City 1 ਔਰ 2 ਵੀ ਮੇਰੇ ਨਾਲ ਹੈ। ਅਤੇ ਬਾਕੀ ਪਲਾਨ ਤਾਂ ਇਹੀ ਹੈ ਕਿ ਕੋਈ ਨਾ ਕੋਈ ਸਾਨੂੰ ਰਿਜ਼ਲਟ ਮਿਲੇ, ਜਿਹੜੇ ਮਾੜੇ ਅਨਸਰ ਹੈ ਔਰ ਜਿਨ੍ਹਾਂ ਦੇ ਪੁਰਾਣੇ ਵੀ ਪਰਚੇ, ਬੇਸਿਕਲੀ ਅਸੀਂ ਉਹਨਾਂ 'ਤੇ ਫੋਕਸ ਕਰ ਰਹੇ ਔਰ ਜੋ ਵੀ ਸਾਨੂੰ ਲੋਕਲ ਇਨਪੁਟਸ ਆਉਂਦੀ ਰਹਿੰਦੀ ਹੈ। ਕੀ ਲੱਗਦਾ ਡਰ ਕਿੰਨਾ ਬਣਦਾ ਇਸ ਤਰ੍ਹਾਂ ਪੁਲਿਸ ਉਹ ਦਬਿਸ਼ ਦਿੰਦੀ ਹੈ, ਬਿਨਾਂ ਦੱਸੇ ਪੁਲਿਸ ਆਉਂਦੀ ਹੈ ਘਰਾਂ 'ਚ ਰੇਡ ਕਰਦੀ ਹੈਗੀ, ਡਰ ਕਿੰਨਾ ਬਣਦਾ ਪੁਲਿਸ ਦਾ ਖਾਸ ਤੌਰ 'ਤੇ ਉਹਨਾਂ ਬੰਦਿਆਂ 'ਤੇ? ਤੁਸੀਂ ਦੇਖੋ, ਆਈ ਥਿੰਕ ਜਦੋਂ ਸਡਨਲੀ ਕਾਸੋ ਵਗੈਰਾ ਹੁੰਦੇ ਆ ਤਾਂ ਵੈਸੇ ਵੀ ਜਦੋਂ ਇਸ ਤਰ੍ਹਾਂ ਦੇ ਫੋਰਮ 'ਚ ਸਾਰੀ ਪੁਲਿਸ ਆਉਂਦੀ ਹੈ ਤਾਂ ਇੱਕ ਇਫੈਕਟ ਤਾਂ ਡੈਟਰੈਂਸ ਹੁੰਦਾ ਹੀ ਹੈ, ਬਾਕੀ ਜੇ ਰਿਜ਼ਲਟਸ ਆ ਜਾਣ ਤਾਂ ਉਹ ਡਬਲ ਡੈਟਰੈਂਸ ਹੋਏਗਾ। ਮੈਨੂੰ ਤਾਂ ਲੱਗਦਾ ਇਟ ਇਜ਼ ਅ ਪੋਜ਼ਿਟਿਵ ਐਕਸਰਸਾਈਜ਼ ਕਿ ਲਾਅ ਇਨਫੋਰਸਮੈਂਟ ਏਜੰਸੀਜ਼ ਰੇਡਸ ਕਰਦੀ ਰਹਿਣ ਤਾਂ ਉਹਦਾ ਇਫੈਕਟ ਡੈਫੀਨੇਟਲੀ ਹੁੰਦਾ ਹੈ। ਐਕਸ਼ਨ ਪਲਾਨ ਕੀ ਤਿਆਰ ਕੀਤਾ ਪੁਲਿਸ ਨੇ ਡਰੱਗਸ ਵਾਲਿਆਂ ਦੇ ਖਿਲਾਫ, ਪ੍ਰੋਪਰਟੀ ਫਰੀਜ਼ ਕਰ ਰਹੇ ਨੇ, ਹੋਰ ਕਿਸ ਤਰ੍ਹਾਂ ਦੀ ਕਾਰਵਾਈ ਹੈ ਤਾਂ ਜੋ ਬੰਦਾ ਡਰੱਗਸ ਵਾਲਾ ਦੁਬਾਰੇ ਸੋਚੇ ਵੀ ਨਾ? ਸੀ ਐਕਸ਼ਨ ਪਲਾਨ ਤਾਂ ਜਿਵੇਂ ਸਾਡੇ ਇਨਫੋਰਸਮੈਂਟ 'ਚ FIR ਸਲੋਜ ਹੁੰਦਾ ਹੀ ਹੈ, ਪਰ ਪਿਛਲੇ ਸਾਲ ਤੋਂ ਅਸੀਂ ਬਹੁਤ ਜ਼ਿਆਦਾ NDPS ਪ੍ਰੋਪਰਟੀ 4 ਫੀਚਰ 68F 2 ਦੇ ਤਹਿਤ ਸ਼ੁਰੂ ਕੀਤਾ, ਜਿਹਦੇ 'ਤੇ ਅਸੀਂ ਇਹਨਾਂ ਦੀ ਡਰੱਗ ਪੈਡਲਰਸ ਦੀ, ਸਪੈਸ਼ਲੀ ਜਿਹੜੇ ਕਮਰਸ਼ੀਅਲ ਕੁਆਂਟਿਟੀ ਕੇਸਿਸ ਹੈ ਉਹਨਾਂ ਦੀ ਪ੍ਰੋਪਰਟੀਜ਼, ਸਾਰਾ ਪਿਛਲੇ 6 ਸਾਲਾਂ 'ਚੋਂ ਜਿੰਨੇ ਕੇਸ ਹੈ ਉਹਨਾਂ ਦੀ ਜਿਹੜੀ ਡਰੱਗਸ ਦੀ ਪ੍ਰੋਸੀਡਸ ਸਾਨੂੰ ਪਤਾ ਲੱਗਦੀ ਹੈ। ਅਸੀਂ ਮਾਲ ਮਹਿਕਮੇ ਤੋਂ ਉਹਦੀ ਸਾਰੀ ਡਿਟੇਲ ਲੈ ਕੇ ਉਹਨੂੰ ਕੰਪੀਟੈਂਟ ਅਥਾਰਿਟੀ ਨਿਊ ਦਿੱਲੀ 'ਚ ਭੇਜਦੇ ਉਹਨਾਂ ਦੀ ਪ੍ਰੋਪਰਟੀ ਜ਼ਬਤ ਕਰਨ ਲਈ, ਔਰ ਬਠਿੰਡਾ ਨੂੰ ਵੀ ਪਿੱਛੇ ਬਹੁਤ ਸਕਸੈਸ ਮਿਲੀ ਹੈ 2023 ਔਰ 2024 'ਚ, ਔਰ ਅਸੀਂ ਅੱਗੇ ਵੀ ਇਹਨੂੰ ਕੰਟੀਨਿਊ ਕਰਕੇ ਵੱਧ ਤੋਂ ਵੱਧ, ਕਿਉਂਕਿ ਜਦੋਂ ਫਾਈਨੈਂਸ਼ੀਅਲੀ ਕਿਸੇ ਦਾ ਸੀਲ ਕਰੋ ਤਾਂ ਬਹੁਤ ਵੱਡਾ ਇਹਨਾਂ 'ਤੇ ਧੱਕਾ ਪੈਂਦਾ, ਸੋ ਆਈ ਥਿੰਕ ਦੈਟ ਇਜ਼ ਅ ਵੈਰੀ ਸਕਸੈਸਫੁਲ ਡੈਟਰੈਂਸ ਆਲਸੋ। ਬਿਲਕੁਲ, ਬਠਿੰਡਾ ਪੁਲਿਸ ਦੇ SSP ਨੇ ਅਮਨੀਤ ਕੌਂਡਲ ਦੱਸ ਰਹੇ ਸੀ ਕਿ ਜਦੋਂ ਪ੍ਰੋਪਰਟੀ ਫਰੀਜ਼ ਹੋਏਗੀ ਇਹਨਾਂ ਦੋਸ਼ੀਆਂ ਦੀ ਕਿਤੇ ਨਾ ਕਿਤੇ ਫਰਕ ਜ਼ਰੂਰ ਪਏਗਾ। ਹਾਲਾਂਕਿ ਰੇਡ ਹੈ ਜਿਹੜੀ ਲਗਾਤਾਰ ਚੱਲ ਰਹੀ ਹੈ, ਸ਼ਾਮ ਤੱਕ ਕਿੰਨੇ ਬੰਦਿਆਂ ਦੇ ਖਿਲਾਫ਼ ਕਾਰਵਾਈ ਹੋਈ ਹੈ, ਕਿੰਨਾ ਡਰੱਗਸ ਮਿਲਿਆ, ਫਿਲਹਾਲ ਇਸ ਦੀ ਜਾਣਕਾਰੀ ਹੈ ਉਹ ਮੀਡੀਆ ਨੂੰ ਸਾਂਝੀ ਕੀਤੀ ਜਾਏਗੀ। ਬਠਿੰਡਾ ਤੋਂ ਸੂਰਜ ਪਾਨ, News 18 ਪੰਜਾਬ। ਆਪਰੇਸ਼ਨ ਕਾਸੋ ਨੂੰ ਲੈ ਕੇ ਬਠਿੰਡਾ ਦੇ ਵਿੱਚ ਵੀ ਪੁਲਿਸ ਵੱਲੋਂ ਉਹਨਾਂ ਇਲਾਕਿਆਂ ਦੇ ਵਿੱਚ ਦਬਿਸ਼ ਦਿੱਤੀ ਗਈ ਹੈ ਜਿਹੜੇ ਨਸ਼ੇ ਨੂੰ ਲੈ ਕੇ ਬਦਨਾਮ ਸੀ। ਹਾਲਾਂਕਿ ਖੁੱਲ ਬਠਿੰਡਾ ਪੁਲਿਸ ਦੇ SSP ਅਮਨੀਤ ਕੌਂਡਲ ਇੱਥੇ ਪਹੁੰਚੇ ਨੇ, ਹੋਰ ਵੱਡੇ ਅਧਿਕਾਰੀ ਨੇ ਇੱਥੇ ਪਹੁੰਚੇ ਨੇ ਔਰ ਸਰਚ ਹੈ ਉਹ ਲਗਾਤਾਰ ਇਸ ਇਲਾਕੇ 'ਚ ਕੀਤੀ ਜਾ ਰਹੀ ਹੈ, ਕਿਉਂਕਿ ਨਸ਼ੇ ਨੂੰ ਲੈ ਕੇ ਜਿਹੜੇ ਬਦਨਾਮ ਇਲਾਕੇ ਨੇ ਖਾਸ ਤੌਰ 'ਤੇ ਪੁਲਿਸ ਨੇ ਆਈਡੈਂਟੀਫਾਈ ਕੀਤੇ ਨੇ। ਉਸ ਜਗ੍ਹਾ ਦੇ ਉੱਪਰ ਪੁਲਿਸ ਪਹੁੰਚੀ ਹੈ। ਮੈਮ ਆਪਣੇ ਨਾਲ ਨੇ, ਮੈਮ ਕਿਸ ਤਰ੍ਹਾਂ ਦਾ ਆਪਰੇਸ਼ਨ ਚੱਲ ਰਿਹਾ ਹੈਗਾ ਔਰ ਕੀ ਹੋਪ ਕੀ ਕੀਤੀ ਹੈ ਇਸ ਆਪਰੇਸ਼ਨ ਦੇ ਵਿੱਚ, ਤੁਸੀਂ ਡਰੱਗਸ ਨੂੰ ਲੈ ਕੇ ਹੋਪ ਕੀਤਾ ਹੈ? ਜੀ ਆਪਰੇਸ਼ਨ ਇੱਧਰ ਆ ਜੀ, ਉਹ ਥੋੜ੍ਹਾ ਆਵਾਜ਼ ਆ ਰਹੀ। ਆਪਰੇਸ਼ਨ ਈਗਲ 5 ਹੈਗਾ, ਇਹ ਸਾਡੇ ਸਪੈਸ਼ਲ DGP ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਸਰ, ਇਹਨਾਂ ਦੀ ਮੋਸਟਲੀ ਉਹਨਾਂ ਦੀ ਗਾਈਡਲਾਈਨਸ 'ਚ ਅਸੀਂ ਆਪਰੇਸ਼ਨਸ ਪਲਾਨ ਕਰਦੇ ਹਾਂ ਪੂਰੇ ਪੰਜਾਬ 'ਚ। ਅੱਜ ਸਾਡੇ ਬਠਿੰਡਾ 'ਚ ਵੀ ਚੱਲ ਰਿਹਾ ਇਹ, ਅੱਜ ਅਸੀਂ ਡਰੱਗ ਹੋਟਸਪੋਟਸ 'ਤੇ ਆਪਰੇਸ਼ਨਸ ਕਰ ਰਹੇ। ਜਿਵੇਂ ਤੁਸੀਂ ਦੇਖ ਰਹੇ ਹੋ ਅਸੀਂ ਤੋਂ ਬਿਆਨਾ ਬਸਤੀ 'ਚ ਆਏ ਹੋਏ ਹਾਂ, SP City ਔਰ ਇਹਨਾਂ ਦੇ ਦੋਨੋਂ DSP City 1 ਔਰ 2 ਵੀ ਮੇਰੇ ਨਾਲ ਹੈ। ਅਤੇ ਬਾਕੀ ਪਲਾਨ ਤਾਂ ਇਹੀ ਹੈ ਕਿ ਕੋਈ ਨਾ ਕੋਈ ਸਾਨੂੰ ਰਿਜ਼ਲਟ ਮਿਲੇ, ਜਿਹੜੇ ਮਾੜੇ ਅਨਸਰ ਹੈ ਔਰ ਜਿਨ੍ਹਾਂ ਦੇ ਪੁਰਾਣੇ ਵੀ ਪਰਚੇ, ਬੇਸਿਕਲੀ ਅਸੀਂ ਉਹਨਾਂ 'ਤੇ ਫੋਕਸ ਕਰ ਰਹੇ ਔਰ ਜੋ ਵੀ ਸਾਨੂੰ ਲੋਕਲ ਇਨਪੁਟਸ ਆਉਂਦੀ ਰਹਿੰਦੀ ਹੈ। ਕੀ ਲੱਗਦਾ ਡਰ ਕਿੰਨਾ ਬਣਦਾ ਇਸ ਤਰ੍ਹਾਂ ਪੁਲਿਸ ਉਹ ਦਬਿਸ਼ ਦਿੰਦੀ ਹੈ, ਬਿਨਾਂ ਦੱਸੇ ਪੁਲਿਸ ਆਉਂਦੀ ਹੈ ਘਰਾਂ 'ਚ ਰੇਡ ਕਰਦੀ ਹੈਗੀ, ਡਰ ਕਿੰਨਾ ਬਣਦਾ ਪੁਲਿਸ ਦਾ ਖਾਸ ਤੌਰ 'ਤੇ ਉਹਨਾਂ ਬੰਦਿਆਂ 'ਤੇ? ਤੁਸੀਂ ਦੇਖੋ, ਆਈ ਥਿੰਕ ਜਦੋਂ ਸਡਨਲੀ ਕਾਸੋ ਵਗੈਰਾ ਹੁੰਦੇ ਆ ਤਾਂ ਵੈਸੇ ਵੀ ਜਦੋਂ ਇਸ ਤਰ੍ਹਾਂ ਦੇ ਫੋਰਮ 'ਚ ਸਾਰੀ ਪੁਲਿਸ ਆਉਂਦੀ ਹੈ ਤਾਂ ਇੱਕ ਇਫੈਕਟ ਤਾਂ ਡੈਟਰੈਂਸ ਹੁੰਦਾ ਹੀ ਹੈ, ਬਾਕੀ ਜੇ ਰਿਜ਼ਲਟਸ ਆ ਜਾਣ ਤਾਂ ਉਹ ਡਬਲ ਡੈਟਰੈਂਸ ਹੋਏਗਾ।
ਮੈਨੂੰ ਤਾਂ ਲੱਗਦਾ ਇਟ ਇਜ਼ ਅ ਪੋਜ਼ਿਟਿਵ ਐਕਸਰਸਾਈਜ਼ ਕਿ ਲਾਅ ਇਨਫੋਰਸਮੈਂਟ ਏਜੰਸੀਜ਼ ਰੇਡਸ ਕਰਦੀ ਰਹਿਣ ਤਾਂ ਉਹਦਾ ਇਫੈਕਟ ਤਾਂ ਡੈਫੀਨੇਟਲੀ ਹੁੰਦਾ ਹੈ। ਐਕਸ਼ਨ ਪਲਾਨ ਕੀ ਤਿਆਰ ਕੀਤਾ ਪੁਲਿਸ ਨੇ ਡਰੱਗਸ ਵਾਲਿਆਂ ਦੇ ਖਿਲਾਫ਼, ਪ੍ਰੋਪਰਟੀ ਫਰੀਜ਼ ਕਰ ਰਹੇ ਨੇ, ਹੋਰ ਕਿਸ ਤਰ੍ਹਾਂ ਦੀ ਕਾਰਵਾਈ ਹੈ ਤਾਂ ਜੋ ਬੰਦਾ ਡਰੱਗਸ ਵਾਲਾ ਦੁਬਾਰੇ ਸੋਚੇ ਵੀ ਨਾ? ਸੀ ਐਕਸ਼ਨ ਪਲਾਨ ਤਾਂ ਜਿਵੇਂ ਸਾਡੇ ਇਨਫੋਰਸਮੈਂਟ 'ਚ ਐੱਫ ਆਈ ਆਰ ਸਲੋਜ ਹੁੰਦੇ ਹੀ ਹੈ, ਪਰ ਪਿਛਲੇ ਸਾਲ ਤੋਂ ਅਸੀਂ ਬਹੁਤ ਜ਼ਿਆਦਾ ਐੱਨ ਡੀ ਪੀ ਐੱਸ ਪ੍ਰੋਪਰਟੀ ਫੋਰ ਫੀਚਰ 68F2 ਦੇ ਤਹਿਤ ਸ਼ੁਰੂ ਕੀਤਾ, ਜਿਹਦੇ 'ਚ ਅਸੀਂ ਇਹਨਾਂ ਦੀ ਡਰੱਗ ਪੈਡਲਰਸ ਦੀ, ਸਪੈਸ਼ਲੀ ਜਿਹੜੇ ਕਮਰਸ਼ੀਅਲ ਕੁਆਂਟਿਟੀ ਕੇਸਿਸ ਹੈ, ਉਹਨਾਂ ਦੀ ਪ੍ਰੋਪਰਟੀਜ਼ ਸਾਰਾ ਪਿਛਲੇ 6 ਸਾਲਾਂ 'ਚ ਜਿੰਨੇ ਕੇਸ ਹੈ ਉਹਨਾਂ ਦੀ ਜਿਹੜੀ ਡਰੱਗਸ ਦੀ ਪ੍ਰੋਸੀਡਸ ਉਹ ਸਾਨੂੰ ਪਤਾ ਲੱਗਦੀ ਹੈ। ਅਸੀਂ ਮਾਲ ਮਹਿਕਮੇ ਤੋਂ ਉਹਦੀ ਸਾਰੀ ਡਿਟੇਲ ਲੈ ਕੇ ਉਹਨੂੰ ਕੰਪੀਟੈਂਟ ਅਥਾਰਟੀ ਨਿਊ ਡੈਲੀ 'ਚ ਭੇਜਦੇ ਹਾਂ ਉਹਨਾਂ ਦੀ ਪ੍ਰੋਪਰਟੀ ਜ਼ਬਤ ਕਰਨ ਲਈ। ਔਰ ਬਠਿੰਡਾ ਨੂੰ ਵੀ ਪਿੱਛੇ ਬਹੁਤ ਸਕਸੈਸ ਮਿਲੀ ਹੈ 2023 ਔਰ 2024 'ਚ, ਔਰ ਅਸੀਂ ਅੱਗੇ ਵੀ ਇਹਨੂੰ ਕੰਟੀਨਿਊ ਕਰਕੇ ਵੱਧ ਤੋਂ ਵੱਧ, ਕਿਉਂਕਿ ਜਦੋਂ ਫਾਈਨੈਂਸ਼ਲੀ ਕਿਸੇ ਦਾ ਸੀਲ ਕਰੋ ਤਾਂ ਬਹੁਤ ਵੱਡਾ ਇਹਨਾਂ 'ਤੇ ਧੱਕਾ ਪੈਂਦਾ ਹੈ। ਸੋ ਆਈ ਥਿੰਕ ਦੈਟ ਇਜ਼ ਅ ਵੈਰੀ ਸਕਸੈਸਫੁਲ ਡੈਟਰੈਂਸ ਆਲਸੋ। ਬਿਲਕੁਲ, ਬਠਿੰਡਾ ਪੁਲਿਸ ਦੇ SSP ਨੇ ਅਮਨੀਤ ਕੌਂਟਲ ਦੱਸ ਰਹੇ ਸੀ ਕਿ ਜਦੋਂ ਪ੍ਰੋਪਰਟੀ ਫਰੀਜ਼ ਹੋਏਗੀ ਇਹਨਾਂ ਦੋਸ਼ੀਆਂ ਦੀ ਕਿਤੇ ਨਾ ਕਿਤੇ ਫਰਕ ਜ਼ਰੂਰ ਪਏਗਾ। ਹਾਲਾਂਕਿ ਰੇਡ ਹੈ ਜਿਹੜੀ ਲਗਾਤਾਰ ਚੱਲ ਰਹੀ ਹੈ, ਸ਼ਾਮ ਤੱਕ ਕਿੰਨੇ ਬੰਦਿਆਂ ਦੇ ਖਿਲਾਫ਼ ਕਾਰਵਾਈ ਹੋਈ ਹੈ, ਕਿੰਨਾ ਡਰੱਗਸ ਮਿਲਿਆ, ਫਿਲਹਾਲ ਇਸ ਦੀ ਜਾਣਕਾਰੀ ਹੈ ਉਹ ਮੀਡੀਆ ਨੂੰ ਸਾਂਝੀ ਕੀਤੀ ਜਾਏਗੀ। ਬਠਿੰਡਾ ਤੋਂ ਸੂਰਜ ਪਾਨ, ਨਿਊਜ਼ 18 ਪੰਜਾਬ।